ਜੋ ਕੇਕ ਕੱਟਿਆ ਸੀ ਉਸ ਖਾਣ ਤੋਂ ਬਾਅਦ ਸਾਡੇ ਘਰ ਦੇ ਸਾਰਿਆਂ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ ਸੀ ਅਤੇ ਅਸੀਂ CMO ਦਫ਼ਤਰ ਵੀ ਗਏ ਸੀ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਨਾ ਸਾਡੀ ਸੁਣੀ ਕੋਈ ਘੁੰਮ ਗਿਆ ਅੰਦਰ ਜੀ ਬਸ ਖਿਲਾਤਾ ਪਾਪਾ ਤੁਸੀਂ ਵੀ ਮਾੜਾ ਜਿਹਾ ਆ ਖਿਲਾ ਦੋ ਇਹਨੂੰ ਮੈਂ ਪਾਗਲ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਪਾਗਲ ਹੋ ਗਈ ਤੂੰ ਛੱਡ ਪਰਾ ਸਵੇਰ ਨੂੰ ਖਾ ਲਿਓ ਸਰ ਕੀ ਨਾਮ ਹੈ ਜੀ ਮੇਰਾ ਨਾਮ ਹਰਬੰਸ ਲਾਲ ਹੈ ਹਰਬੰਸ ਲਾਲ ਜੀ ਕੀ ਘਟਨਾ ਹੋਈ ਕਿਸ ਤਰੀਕ ਦੀ ਘਟਨਾ ਸੀ ਜੀ ਘਟਨਾ ਇਹ 24/3 ਦੀ ਆ ਜੀ 2024 ਜੀ ਇਹ ਸਾਡੀ ਬੱਚੀ ਦਾ ਜਨਮ ਦਿਨ ਸੀ ਅਸੀਂ ਇੱਕ ਕੇਕ ਮੰਗਾਇਆ ਔਨਲਾਈਨ ਜੋਮੈਟੋ ਦੇ ਥਰੂ ਅਤੇ ਉਹ ਕੇਕ ਕੱਟਿਆ ਸੀ 7:15 6 ਔਰਡਰ ਕੀਤਾ 6:30 ਪਹੁੰਚ ਗਿਆ 7:15 ਅਸੀਂ ਕੱਟ ਲਿਆ ਉਸ ਖਾਣ ਤੋਂ ਬਾਅਦ ਸਾਡੇ ਘਰ ਦੇ ਸਾਰਿਆਂ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ ਅਤੇ ਇਸ ਤਰ੍ਹਾਂ ਸਿਰ ਘੁੰਮ ਰਿਹਾ ਸੀ ਅੱਖਾਂ 'ਤੇ ਭਾਰਾ ਪੈਨ ਆ ਰਿਹਾ ਸੀ ਜਦੋਂ ਦੋਨੋਂ ਬੱਚੀਆਂ ਸੀ ਜਿਹੜੀਆਂ ਛੋਟੀਆਂ ਇੱਕ ਦੀ ਉਮਰ 10 ਜਿਹਦਾ ਜਨਮ ਦਿਨ ਸੀ ਨਾਮ ਉਹਦਾ ਮਾਨਵੀ ਛੋਟੀ ਉਹਦਾ ਨਾਮ ਪ੍ਰੇਮਨ ਉਹ 8 ਦੀ ਸੀ ਇਹਨਾਂ ਦੋਨਾਂ ਨੂੰ ਉਲਟੀਆਂ ਲੱਗੀਆਂ ਜਿਹੜੀ ਛੋਟੀ ਵਾਲੀ ਸੀ ਉਹਨੇ ਉਲਟੀਆਂ ਜ਼ਿਆਦਾ ਕੀਤੀਆਂ ਅਤੇ ਉਹਦਾ ਕੇਕ ਸਾਰਾ ਨਿਕਲ ਗਿਆ ਪਰ ਫਿਰ ਵੀ ਉਹਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ ਜਿਹੜੀ ਬੜੀ ਵਾਲੀ ਸੀ ਮਾਨਵੀ ਜਿਹਦੀ ਮੌਤ ਹੋਈ ਆ ਉਹਦੇ ਕੇਕ ਨਹੀਂ ਨਿਕਲਿਆ ਉਹਦੇ ਸਿਰ ਮੂੰਹ 'ਚ ਝੱਗ ਨਿਕਲੀ 2 ਅਤੇ ਸਾਨੂੰ ਲੱਗਿਆ ਵੀ ਸਿੰਪਲ ਆਮ ਉਲਟੀ ਆਈ ਆ ਅਤੇ ਉਲਟੀ ਆਉਣ ਤੋਂ ਬਾਅਦ ਵੀ ਚਲੋ ਇਹ ਠੀਕ ਆ ਉਹ ਸੋ ਗਈ 2 ਉਹਨੇ ਫਿਰ ਉੱਠ ਕੇ ਪਾਣੀ ਮੰਗਿਆ ਵੀ ਮੇਰੇ ਨਾ ਬੁੱਲ ਸੁੱਕ ਰਹੇ ਆ ਮੈਨੂੰ ਪਿਆਸ ਬਹੁਤ ਲੱਗ ਰਹੀ ਆ
ਅਸੀਂ ਚਲੋ ਥੋੜ੍ਹਾ ਥੋੜ੍ਹਾ ਪਾਣੀ ਮੂੰਹ 'ਚ ਪਾਉਂਦੇ ਰਹੇ, ਉਸ ਤੋਂ ਬਾਅਦ ਉਹ ਸੌ ਗਏ। ਗਏ 4 ਵਜੇ ਸਵੇਰੇ, ਦੇਖਿਆ ਤਾਂ ਬਿਲਕੁਲ ਠੰਡੀ ਹੋਈ ਪਈ ਸੀ। ਸਾਨੂੰ ਲੱਗਿਆ ਵੀ ਇਹ ਤਾਂ ਸਾਹ ਚੱਲ ਰਿਹਾ, ਅਤੇ ਅਸੀਂ ਨੇੜੇ ਦੇ ਹੋਸਪਿਟਲ ਫਟਾਫਟ ਚੱਕ ਕੇ ਲੈ ਗਏ, ਅਤੇ ਉੱਥੇ ਉਹਨਾਂ ਨੇ ਆਕਸੀਜਨ ਲਾਈ ਅਤੇ ਈ ਸੀ ਜੀ ਕੀਤੀ। ਉਹਨੇ ਦੇਖਿਆ ਵੀ ਇਹਦੀ ਮੌਤ ਹੋ ਚੁੱਕੀ ਆ। ਉਹਨਾਂ ਨੇ ਫਿਰ ਉਹ ਆਪਣੇ ਕਬਜ਼ 'ਚ ਲੈ ਕੇ ਫਰਿੱਜ 'ਚ ਰੱਖਤੀ ਅਤੇ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ। ਪੁਲਿਸ ਨੇ ਫਿਰ ਸਾਨੂੰ ਬੁਲਾ ਕੇ ਸਾਡੇ ਬਿਆਨ ਲੈ ਕੇ ਪੋਸਟਮਾਰਟਮ ਕਰਾਇਆ। ਪੋਸਟਮਾਰਟਮ ਕਰਾ ਕੇ ਸਾਨੂੰ ਲਾਸ਼ ਦਿੱਤੀ। ਰਿਪੋਰਟ ਆ ਗਈ ਜੀ? ਨਹੀਂ ਆਈ ਹਾਲੇ ਰਿਪੋਰਟ ਜੀ। ਅਤੇ FIR ਵਗੈਰਾ ਦਰਜ? FIR ਦਰਜ ਹੋ ਗਈ ਹੈ ਜੀ। ਅਤੇ ਜੋ ਕੇਕ ਸੀ ਕੇਕ ਵੀ ਲੈ ਗਏ ਉਹ, ਅਤੇ ਅਸੀਂ CMO ਦਫ਼ਤਰ ਵੀ ਗਏ ਸੀ। ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ, ਨਾ ਸਾਡੀ ਸੁਣੀ ਕੋਈ। ਉਹ ਕਹਿੰਦੇ ਅਸੀਂ ਚੱਲਦੀ ਦੁਕਾਨ ਦੇ ਵਿੱਚੋਂ ਸੈਂਪਲ ਲੈ ਸਕਦੇ ਹਾਂ, ਜਿਹੜਾ ਤੁਹਾਡੇ ਕੇਕ ਉਹਨਾਂ ਦੀ ਬੇਕਰੀ ਤੋਂ ਆਇਆ ਉਹਦਾ ਸੈਂਪਲ ਨਹੀਂ ਅਸੀਂ ਲੈ ਸਕਦੇ। ਸਰ ਕਿਸਨੇ ਕਹੀ ਇਹ? ਜਸਵਿੰਦਰ ਸਿੰਘ ਸੀ ਇੱਕ, ਉਹ ਅਸੀਂ CMO ਨੂੰ ਮਿਲੇ, ਉਹਨਾਂ ਨੇ ਉਹਨੂੰ ਬੁਲਾਇਆ ਵੀ ਤੁਸੀਂ ਇਹਨਾਂ ਦੀ ਸੁਣੋ, ਇਹਨਾਂ ਦੀ ਐਪਲੀਕੇਸ਼ਨ ਲਓ ਅਤੇ ਲੈ ਕੇ ਤੁਸੀਂ ਇਹਦੀ ਅੱਗੇ ਕਾਰਵਾਈ। ਸਰ ਹੁਣ ਕਾਰਵਾਈ ਦੀ ਕਿਸ ਤਰ੍ਹਾਂ ਦੀ ਮੰਗ ਕਰਦੇ? ਅਸੀਂ ਇਹੀ ਸਰ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ, ਸਾਨੂੰ ਨਿਆਂ ਮਿਲੇ। ਸਰ ਕੋਈ ਵੀਟ ਐਲਰਜੀ ਵਗੈਰਾ ਦੀ ਗੱਲ? ਨਹੀਂ ਕੁਛ ਵੀ ਨਹੀਂ ਜੀ, ਉਸਨੂੰ ਕਦੀ ਹੋਇਆ ਹੀ ਨਹੀਂ ਜੀ ਉਹਨੂੰ। ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਬੱਚੇ ਨੂੰ ਕਦੀ, ਉਹਨੂੰ ਤਾਂ ਬੁਖਾਰ ਜ਼ੁਕਾਮ ਤੱਕ ਨਹੀਂ ਕਦੀ। ਸਰ ਕਿੰਨੇ ਬੱਚੇ ਨੇ? ਬੱਚੇ ਦੋ ਆ, ਦੋਨੋਂ ਬੇਟੀਆਂ ਜੀ। ਦੂਜੀ ਬੇਟੀ ਦੀ ਹਾਲਾਤ ਕਿਵੇਂ? ਦੂਜੀ ਬੇਟੀ ਦੀ ਹਾਲਾਤ ਹੁਣ ਠੀਕ ਹੈ ਜੀ। ਪਰਿਵਾਰ ਨੂੰ ਹੋਰ ਨੂੰ ਵੀ ਹੋਈ ਹੈ ਜੀ? ਹੋਰ ਨੂੰ ਹਾਂਜੀ, ਮੇਰੇ ਵਾਈਫ ਵੀ ਕਾਫੀ ਸੀਗੇ, ਉਹਨਾਂ ਨੂੰ ਮੋਢਾ ਦੁਖਦਾ ਉਹਨਾਂ ਦਾ, ਯਾਨੀ ਅੱਧੇ ਕੁ ਘੰਟੇ ਬਾਅਦ ਵੱਖ ਲੈਂਦੇ ਨਾ ਜਦੋਂ ਤਾਂ ਜਾਗ ਆ ਜਾਂਦੀ ਆ। ਉਸ ਦਿਨ ਤੋਂ ਉਹਨਾਂ ਨੂੰ ਕੋਈ ਸੁਰਤ ਨਹੀਂ ਰਹੀ, ਸੁੱਤੇ ਹੀ ਰਹਿ ਗਏ ਉਹ।